पीआरटीसी ਦੇ ਮੁਲਾਜ਼ਮਾਂ ਦੁਆਰਾ ਬਠਿੰਡਾ ਬੱਸ ਅੱਡੇ ਉੱਤੇ ਚੱਕਾ ਜਾਮ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਠਿੰਡਾ ਬੱਸ ਸਟੈਂਡ ਦੇ ਜਨਰਲ ਮੈਨੇਜਰ ਵੱਲੋਂ ਕੋਈ ਵੀ ਜਾਂਚ ਨਹੀਂ ਕੀਤੀ ਗਈ। ਠੇਕੇ ਉੱਤੇ ਭਰਤੀ ਕੀਤੇ ਗਏ ਕੰਡਕਟਰ ਨੂੰ ਜ਼ਬਰਨ ਕਰ ਦਿੱਤਾ ਗਿਆ, ਜਿਸ ਦੇ ਚੱਲਦਿਆਂ ਸਮੂਹ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮੁਲਾਜ਼ਮ ਨੂੰ ਦੁਬਾਰਾ ਬਹਾਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ। ਕੀ ਨਾਮ ਹੈ ਜੀ? ਸਰ, ਮੇਰਾ ਨਾਮ ਪ੍ਰੀਤਮ ਸਿੰਘ ਹੈ। ਮੈਂ ਪੀ ਆਰ ਟੀ ਸੀ ਵਰਕਰ ਯੂਨੀਅਨ ਏਟਕ ਦਾ ਆਗੂ ਹਾਂ ਔਰ ਕਚਹਿਰੀ ਵਿੱਚ ਐਡਵੋਕੇਟ ਵੀ ਆ। ਮਾਮਲਾ ਸਾਡਾ ਸੀ, ਕੱਲ੍ਹ ਜਨਰਲ ਮੈਨੇਜਰ ਬਠਿੰਡਾ ਦੁਆਰਾ ਕੁਝ ਆਰਡਰ ਕੀਤੇ ਗਏ ਸੀ ਜਿਹੜੇ ਅਸੀਂ ਸਮਝਦੇ ਸੀ ਮਹਿਕਮੇ ਦੇ ਹਿੱਤ ਵਿੱਚ ਹੈ ਨੀਗੇ, ਔਰ ਇਹਦੇ ਨਾਲ ਹੀ ਜਿਹੜੇ ਆ 15-20 ਕਨੈਕਟਰ ਜਿਹੜੇ ਅਸੀਂ ਬਠਿੰਡਾ ਡੀਪੂ 'ਚ ਬਿਨਾਂ ਇੰਕੁਆਇਰੀ ਤੋਂ ਬਿਨਾਂ ਪੜਤਾਲ ਤੋਂ ਸ਼ੱਕ ਦੇ ਆਧਾਰ 'ਤੇ ਇਹਨਾਂ ਨੇ ਨੌਕਰੀ ਤੋਂ ਕੱਢ ਦਿੱਤੇ ਸੀ। ਸਾਡੀ ਬੇਨਤੀ ਜਨਰਲ ਮੈਨੇਜਰ ਨੂੰ ਇਹ ਸੀ ਕਿ ਉਹਨਾਂ ਜਿਹੜੇ ਵਰਕਰ ਕੱਢੇ ਆ ਉਹਨਾਂ ਨੂੰ MD ਨੂੰ ਸਿਫਾਰਸ਼ ਕਰੇ ਕਿ ਬਈ ਉਹਨਾਂ ਦੀਆਂ ਪ੍ਰੋਪਰ ਇਨਕੁਆਇਰੀਆਂ ਤੋਂ ਬਿਨਾਂ, ਪੜਤਾਲ ਤੋਂ ਬਿਨਾਂ, ਚਾਰਜਸ਼ੀਟ ਤੋਂ ਬਿਨਾਂ, ਐਕਸਪਲੇਨੇਸ਼ਨ ਤੋਂ ਬਿਨਾਂ ਉਹਨਾਂ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ। ਸੈਕਿੰਡ ਗੱਲ ਇਹ ਸੀ ਵੀ ਜਿਹੜੇ ਆਰਡਰ ਕੀਤੇ ਆ ਉਹ ਜਿਹੜੇ ਮਨਸੂਖ ਕੀਤੇ ਜਾਣ 14 ਤਰੀਕ ਨੂੰ ਕੀਤੇ ਆ, ਔਰ ਇਹਦੇ ਨਾਲ ਜਿਹੜੀਆਂ ਕਿਲੋਮੀਟਰ ਸਕੀਮ ਹੇਠ ਗੱਡੀਆਂ ਉਹਨਾਂ ਨੇ ਮਲੋਟ ਪਾਈਆਂ ਨੇ ਬਹੁਤ ਸਾਰੀਆਂ ਕਿ ਇਹ, ਔਰ ਡੱਬ ਵਾਲੀ ਰੂਟਾਂ 'ਤੇ ਚੱਲਦੀਆਂ, ਲੋਕਲ ਰੂਟਾਂ ਚੱਲਦੀਆਂ ਨੇ, ਵੀ ਉਹਨਾਂ ਥਾਂ 'ਤੇ PRTC ਦੀਆਂ ਗੱਡੀਆਂ ਰੀਪਲੇਸ ਕੀਤੀਆਂ ਜਾਣ। ਇਹਨਾਂ ਗੱਡੀਆਂ ਨੂੰ ਬਾਹਰ ਜਿਹੜੇ ਸਾਡੇ ਲੰਮੇ ਰੂਟ ਹੈ ਜਿੱਥੇ PRTC ਦੀਆਂ ਗੱਡੀਆਂ ਨਹੀਂ ਜਾ ਸਕਦੀਆਂ ਉੱਥੇ ਜਿਹੜਾ ਆ ਇਹਨਾਂ ਗੱਡੀਆਂ ਨੂੰ ਭੇਜਿਆ ਜਾਵੇ। ਕੋਈ ਕੰਡਕਟਰ ਕੱਢੇ ਗਏ ਨਾ ਟਿਕਟਾਂ ਇਸ਼ੂ ਕਰਨ ਕੇਸ 'ਚ ਸਾਡੇ ਹੈਡ ਆਫਿਸ ਵੱਲੋਂ, ਉਹ ਇਹਨਾਂ ਦੀ ਜੋ ਡਿਮਾਂਡ ਹੈਗੀ ਅਸੀਂ ਵਿਚਾਰਨ ਲਈ ਹੈਡ ਆਫਿਸ ਭੇਜ ਦਾਂਗੇ। ਇਹ ਸਾਡੇ ਮੁੱਖ ਦਫ਼ਤਰ ਲੈਵਲ 'ਤੇ ਕੱਟੇ ਗਏ ਜੀ। ਨਹੀਂ, ਉਹਨਾਂ ਸਰਵਿਸ ਰੂਲ 'ਚ ਹੀ ਹੈਗਾ, ਆਊਟਸੋਰਸ ਦੇ ਵੀ ਜੋ ਜਿਹਦੇ ਐਪਲੀਕੇਬਲ ਹੈਗਾ ਸੀ ਜਿਹਦਾ ਰੂਲ ਉਹ ਐਪਲੀਕੇਬਲ ਕੀਤਾ ਗਿਆ, ਬਾਕੀ ਫਿਰ ਵੀ ਇਹਨਾਂ ਦਾ ਅਪੀਲ ਕਰਨ ਦਾ ਮੌਕਾ ਹੈਗਾ, ਅਪੀਲ ਕਰ ਦੇਣਾ। ਇਸ ਤਰ੍ਹਾਂ ਰਿਟਰਨ 'ਚ ਦੇ ਰਹੇ ਹਾਂ ਵੀ ਅਸੀਂ ਇਹਨਾਂ ਦੇ ਮੰਗਾਂ ਵਿਚਾਰਨ ਵਾਸਤੇ ਮੁੱਖ ਦਫ਼ਤਰ, ਅਸੀਂ ਹੈਡ ਆਫਿਸ ਨੂੰ ਦੱਸਾਂਗੇ ਆਪਣਾ ਜਲਦੀ ਜਲਦੀ ਵਿਚਾਰਿਆ ਜਾਵੇ ਇਹਨਾਂ ਦਾ ਜੋ